ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਜੀ ਤੁਹਾਡਾ ਪੰਜਾਬੀ ਵਲੌਗ 'ਤੇ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਅਸੀਂ ਵੀ ਸਾਰੇ ਠੀਕ ਠਾਕ ਹਾਂ। ਅਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਹੈਗੇ ਸੋਹਣੇ ਸੋਹਣੇ ਸੂਟ। ਇਹ ਆਪਾਂ ਟੇਬਲ ਹੁਣ ਪਹਿਲਾਂ ਵਾਲੇ ਨਾਲੋਂ ਹੈਵੀ ਲੈ ਲਿਆ। ਪਹਿਲਾਂ ਆਪਾਂ ਸਿਲਾਈ ਵਾਲੀ ਟੇਬਲ 'ਤੇ ਧਰਦੇ ਸੀਗੇ ਕਢਾਈ ਵਾਲੀ ਮਸ਼ੀਨ, ਅਤੇ ਉਹ ਜਦੋਂ ਇਹ ਮੋਟਰ ਚੱਲਦੀ ਸੀਗੀ ਅਤੇ ਸਾਰਾ ਧੌਂਕਾ ਪੈਂਦਾ ਸੀਗਾ ਟੇਬਲ ਨੂੰ। ਅਤੇ ਹੁਣ ਆਪਾਂ ਇਹ ਹੈਵੀ ਟੇਬਲ ਲੈ ਲਿਆ ਕਢਾਈ ਵਾਲਾ। ਅਤੇ ਆ ਜਾਓ ਜੀ ਆਪਾਂ ਤੁਹਾਨੂੰ ਦਿਖਾਉਣੇ ਸੋਹਣੇ ਸੋਹਣੇ ਸੂਟ। ਅੱਜ ਵਾਲੇ ਸੂਟ ਬਹੁਤ ਸੋਹਣੇ। ਪੱਖਣ ਚੱਲਿਆ ਨਾ, ਵਿੱਚ ਵੀ ਮੁੜਿਆ ਵਾ। ਇਹ 40 ਇੰਚ ਦੀ ਲੈਂਥ ਹੈਗੀ, ਕੁਛ ਕੱਪੜਾ ਵਿੱਚ ਮੁੜਿਆ ਵਾ ਇਸ ਤਰ੍ਹਾਂ। ਇਹ ਗਲੇ 'ਤੇ ਆਵੇਗੀ ਪੱਟੀ, ਇਸ ਤਰ੍ਹਾਂ ਇਹਦੇ ਫਲਾਵਰ ਬਣਿਆ ਵਾ। ਦਿਖਾ ਦਿੰਦੇ ਖੋਲ੍ਹ ਕੇ ਜਮਾਂ। ਇਸ ਤਰ੍ਹਾਂ ਇਹ ਗਲੇ 'ਤੇ ਆਵੇਗੀ ਅਤੇ ਦੋ ਫਲਾਵਰ ਆਉਣਗੇ ਇਸ 'ਤੇ। ਬਹੁਤ ਸੋਹਣੇ ਫਲਾਵਰ ਬਣੇ ਵੇ ਆ ਅਤੇ ਬਿਲਕੁਲ ਕੋਟਨ ਦਾ ਕੱਪੜਾ ਗਾ। ਇਸ ਤਰ੍ਹਾਂ ਇਹ ਸੂਟ ਰਹੇਗਾ ਅਤੇ ਇਹ ਆਵੇਗੀ ਇਸ ਦੇ ਨਾਲ, ਇਹਦੇ ਨਾਲ ਦੁਪੱਟਾ ਆ ਗਿਆ ਅਤੇ ਇਹ ਬੋਟਮ ਆ ਗਈ। ਦੁਪੱਟਾ ਵੀ ਇਸ ਦੇ ਨਾਲ ਕੋਟਨ ਦਾ। ਕੋਟਨ ਦਾ ਹੀ ਦੁਪੱਟਾ ਇਸ ਦੇ ਨਾਲ ਬਿਲਕੁਲ। ਇਸ ਦੇ ਵਿੱਚ ਆਪਣੇ ਕੋਲ ਦੋ ਕਲਰ ਹੈ, ਇੱਕ ਕਲਰ ਇਹ ਆ ਗਿਆ। ਦੇਖੋ ਇਸ ਤਰ੍ਹਾਂ ਹੈਗਾ ਇਹ। ਅਤੇ ਇਹ ਆਵੇਗੀ ਇਸ ਦੇ ਨਾਲ ਬੋਟਮ, ਅਤੇ ਇਹ ਆਵੇਗੀ ਇਸ ਦੇ ਨਾਲ ਦੁਪੱਟਾ। ਇਹ ਸਿਰਫ 600 ਰੁਪਏ ਦੇ ਵਿੱਚ ਸੂਟ ਹੈਗਾ, ਗਰਮੀਆਂ ਦੇ ਵਿੱਚ ਪਾਉਣ ਲਈ ਬਹੁਤ ਵਧੀਆ ਕੱਪੜਾ ਗਾ। ਕੋਟਨ ਹੈ ਬਿਲਕੁਲ, ਬਿਲਕੁਲ ਕੋਟਨ ਦਾ ਕੱਪੜਾ ਹੈ। ਇੱਕ ਕੋਟਨ ਦੇ ਵਿੱਚ ਆਪਣੇ ਕੋਲ ਇਹ ਚੀਜ਼ ਆ ਗਈ। ਇਹ ਇਸ ਤਰ੍ਹਾਂ ਦਾ ਇਸ ਦੇ ਗਲੇ 'ਤੇ ਹੈਂਡ ਵਰਕ ਹੋਇਆ ਵੈ ਇਸ ਤਰ੍ਹਾਂ ਵੀਗਾ। ਇਹ ਗਲੇ 'ਤੇ ਇਸ ਤਰ੍ਹਾਂ ਢਾਈ ਨਹੀਂ ਇਹਦੇ। ਅਤੇ ਇਹ ਆ ਗਿਆ ਸਲਵਾਰ ਦਾ ਕੱਪੜਾ, ਸਲਵਾਰ ਦਾ ਕੱਪੜਾ 3 ਮੀਟਰ ਰਹੇਗਾ। ਇਹ
ਇਹ ਆ ਗਿਆ ਦੁਪੱਟਾ ਕੋਟਨ ਦਾ। ਅਤੇ ਇਹ ਆ ਗਿਆ ਆਪਣੇ ਕੋਲ ਏਕਾਟੈਕਸ ਦੀ ਕੈਮਰਿਕ, ਬਹੁਤ ਸੋਹਣੇ ਸੋਹਣੇ ਕਲਰ ਹੈ ਵੀ। ਇਹਨਾਂ ਨੂੰ ਤੁਸੀਂ ਡੇਲੀ ਰੂਟੀਨ 'ਚ ਵੀ ਪਾ ਸਕਦੇ ਹੋ, ਅਤੇ ਇਸ ਦੇ ਨਾਲ ਪਿਓਰ ਦਾ ਦੁਪੱਟਾ ਲਾ ਕੇ ਤੁਸੀਂ ਬਾਹਰ ਅੰਦਰ ਵੀ ਲੈ ਸਕ ਪਾ ਸਕਦੇ ਹੋ ਇਹ ਸੂਟ। ਦਿਖਾਉਂਦੇ ਇਹ ਏਕਾਟੈਕਸ ਦੀ ਕੈਮਰਿਕ ਆ ਗਈ। ਇਸ ਦੇ ਵਿੱਚ ਆਪਣੇ ਕੋਲ ਚਾਰ ਕਲਰ ਹੈ, ਕਲਰ ਬਹੁਤ ਸੋਹਣੇ ਹੈ। ਕੀ ਕਲਰ ਆ ਗਿਆ, ਇੱਕ ਇਹਦੇ ਵਿੱਚ ਆਹ ਕਲਰ ਆ ਗਿਆ, ਇੱਕ ਆ ਗਿਆ ਪੀਚ ਕਲਰ, ਚਾਰ ਕਲਰ ਹੈ ਇਸ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਵਲੋਗ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ।